ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਬਾਖੂਬੀ ਜਾਣਦੇ ਹੋ ਕਿ ਬੀਤੇ ਕਈ ਦਿਨਾਂ ਤੋਂ ਸ਼ਾਹੀ ਸ਼ਹਿਰ ਪਟਿਆਲੇ ਦੇ ਵਿੱਚ ਅਧਿਆਪਕਾਂ ਦਾ ਸਾਂਝਾ ਅਧਿਆਪਕ ਮੋਰਚਾ ਲੱਗਿਆ ਹੋਇਆ ਹੈ। ਅਧਿਆਪਕਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਦੀਆਂ ਤਨਖਾਹਾਂ 42,800 ਤੋਂ ਘਟਾ ਕੇ ਸਿੱਧੀਆਂ 15,000 ਰੁਪਏ ਕਰ ਦਿੱਤੀਆਂ ਗਈਆਂ ਸਨ, ਇਸ ਸ਼ਰਤ ਤੇ ਕਿ ਤਾਂ ਹੀ ਉਹਨਾਂ ਨੂੰ ਪੱਕੇ ਕੀਤਾ ਜਾਵੇਗਾ ਜੇਕਰ 3 ਸਾਲ ਤੱਕ ਉਹ ਇਹੀ ਤਨਖਾਹ ਲੈਣਗੇ। ਪਰ ਅਧਿਆਪਕਾਂ ਨੇ ਇਸ ਚੀਜ਼ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਅੱਜ ਦੇ ਦਿਨ ਪਟਿਆਲੇ ਦੇ ਵਿੱਚ ਪੂਰੇ ਪੰਜਾਬ ਤੋਂ ਕਈ ਜਥੇਬੰਦੀਆਂ ਦਾ ਹਜ਼ੂਮ ਸਾਂਝੇ ਅਧਿਆਪਕ ਮੋਰਚੇ ਦੇ ਨਾਲ ਜੁੜਿਆ ਅਤੇ ਸ਼ਾਹੀ ਸ਼ਹਿਰ ਪਟਿਆਲੇ ਦੀਆਂ ਸੜਕਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ। ਪਹਿਲੀ ਮੰਗ ਹੈ ਕਿ ਕੱਚੇ ਲੋਕਾਂ ਨੂੰ ਪੱਕਾ ਕਰੇ, ਦੂਜੀ ਮੰਗ ਹੈ ਪੂਰੀ ਤਰ੍ਹਾਂ ਸੇ ਆਪਣੀ ਜਾਨ ਗਵਾਵੇਂਗੇ, ਦੂਸਰਾ ਐਸਕੇ ਭਾਈ ਵੱਲੋਂ ਮੈਂ ਵਧਾਈ ਦਿੰਦਾ ਸਾਡੇ ਅਧਿਆਪਕ ਮੋਰਚਾ ਦੇ ਉਹਨਾਂ ਲੀਡਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਜਿਨ੍ਹਾਂ ਨੇ ਲੰਬੇ ਸਮੇਂ ਦੇ ਬਾਅਦ ਜਿਵੇਂ ਵੱਖ ਵੱਖ ਲੀਡਰਾਂ ਦੂਰ ਤੱਕ ਨਿਗਾਹ ਜਾਂਦੀ ਪੰਡਾਲ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਬੈਠੀ ਮਾਤਾ ਭੈਣਾਂ ਤੇ ਭਰਾਵੋ ਕਰਮਚਾਰੀਓ ਅਧਿਆਪਕੋ ਬਾਕੀ ਜਥੇਬੰਦੀ ਦੇ ਸਾਥੀਓ, ਸਭ ਤੋਂ ਪਹਿਲਾਂ ਤਾਂ ਸਕੂਲ ਟੀਚਰ ਲੋਕਾਂ ਨੂੰ ਇਹਨਾਂ ਤੋਂ ਬਾਅਦ ਭਾਜੀ ਜੀ ਤਿਆਰ ਹੈ ਭਾਜੀ। ਗੁਰਪਿਆਰਿਓ, ਸਰਕਾਰਾਂ ਨੂੰ ਚਾਹੀਦਾ ਹੈ ਕਿ ਅਧਿਆਪਕ ਸ਼੍ਰੇਣੀ ਦਾ ਖਾਸ ਖਿਆਲ ਰੱਖਿਆ ਜਾਵੇ, ਜਿਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਰਾਸ਼ਣਾ ਹੈ, ਉਹਨਾਂ ਨੂੰ ਪੜ੍ਹਾਉਣਾ ਹੈ, ਲਿਖਾਉਣਾ ਹੈ। ਜੇਕਰ ਸਾਡੀ ਨਵੀਂ ਪਨੀਰੀ ਅਧਿਆਪਕ ਸ਼੍ਰੇਣੀ ਨੂੰ ਸੜਕਾਂ ਉੱਤੇ ਆਪਣੀਆਂ ਮੰਗਾਂ ਵਾਸਤੇ ਇੱਦਾਂ ਧੱਕੇ ਖਾਂਦੀ ਹੋਈ ਦੇਖੇਗੀ, ਆਪਣੇ ਹੱਕਾਂ ਵਾਸਤੇ ਇਸ ਤਰ੍ਹਾਂ ਲੜਦੀ ਹੋਈ ਵੇਖੇਗੀ, ਤਾਂ ਉਹਨਾਂ ਦੀ ਮਾਨਸਿਕਤਾ 'ਤੇ ਕੀ ਪ੍ਰਭਾਵ ਪਵੇਗਾ? ਸੂਬੇ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਕੱਢਿਆ ਜਾਵੇ, ਤਾਂ ਜੋ ਲਗਾਤਾਰ ਭੁੱਖ ਹੜਤਾਲ ਤੇ ਚੱਲ ਰਹੇ ਇਹ ਅਧਿਆਪਕ ਆਪਣੇ ਅਸਲੀ ਕੰਮ ਬੱਚਿਆਂ ਨੂੰ ਪੜ੍ਹਾਉਣ ਵੱਲ ਤੁਰ ਸਕਣ, ਕਿਉਂਕਿ ਮਰਨ ਵਰਤ ਤੇ ਬੈਠੇ ਅਧਿਆਪਕਾਂ ਵਿੱਚੋਂ 7 ਦੀ ਤਬੀਅਤ ਖਰਾਬ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 3 ਦੀ ਤਬੀਅਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਸਰਕਾਰ ਅਧਿਆਪਕਾਂ ਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਅੱਗੇ ਕੀ ਰੁੱਖ ਇਖਤਿਆਰ ਕਰਦੀ ਹੈ, ਜਾਂ ਅਧਿਆਪਕ ਸ਼੍ਰੇਣੀ ਸੜਕਾਂ ਉੱਤੇ ਐਵੇਂ ਹੀ ਧੱਕੇ ਖਾਂਦੀ ਨਜ਼ਰ ਆਏਗੀ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਤੁਸੀਂ ਇਸ ਮਸਲੇ ਉੱਤੇ ਕੀ ਸੋਚਦੇ, ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਵਿਅਕਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।